ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਬੇਨਤੀ ਵੀਡੀਓ ਨੂੰ ਪੂਰਾ ਜੂਰੂ ਦੇਖਿਓ ਠੀਕ ਆ ਜੀ ਤੇ ਜੇ ਤੁਸੀਂ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਠੀਕ ਆ ਨਾ ਤਾਂ ਤੁਸੀਂ ਇਹ ਸਮਝ ਲਓ ਵੀ ਤੁਸੀਂ ਆਪਣੇ ਸਿੱਖ ਇਤਿਹਾਸ ਨੂੰ ਹੀ ਗਵਾ ਲੋਗੇ ਠੀਕ ਆ ਨਾ ਤੁਹਾਨੂੰ ਕੁਝ ਕੁ ਗੱਲਾਂ ਦੱਸਣੀ ਆ ਕੁਝ ਕੁ ਡੀਪ ਗੱਲਾਂ ਤੁਸੀਂ ਧਿਆਨ ਨਾਲ ਵੀਡੀਓ ਤੇ ਬਣੇ ਰਹੋ ਠੀਕ ਆ ਜੀ ਤੇ ਆਪਣੇ ਕੁਝ ਕੁ ਜਿਹੜੀਆਂ ਗੱਲਾਂ ਕਰਨੀਆਂ ਉਹ ਇਹ ਨੇ ਕਿ ਹੁਣ ਜਿਹੜਾ ਇਤਿਹਾਸ ਆ ਉਹਦੇ ਚ ਤੁਹਾਨੂੰ ਪਤਾ ਵੀ ਕਿਸੇ ਵੀ ਚੀਜ਼ ਨੂੰ ਬਦਲ ਲਈ ਕਿਸੇ ਦਾ ਇਨਸਾਨ ਨੂੰ ਬਦਲ ਲਈ ਕਿਸੇ ਇਨਸਾਨ ਦੇ ਜੇ ਕੋਈ ਪਿੱਛੇ ਲੱਗਿਆ ਕਿਸੇ ਦੀਆਂ ਗੱਲਾਂ ਸੁਣਦਾ ਤਾਂ ਉਹਦੀਆਂ ਜਿਹੜੀਆਂ ਉਸ ਇਨਸਾਨ ਦਾ ਕਿਰਦਾਰ ਮਾਰ ਦੋ ਹਨ ਇਹ ਚੀਜ਼ਾਂ ਕਾਮਨ ਸਾਰੇ ਬਹੁਤ ਜ਼ਿਆਦਾ ਸੂਝਵਾਨ ਨੇ ਹਨਾ ਬਹੁਤ ਜ਼ਿਆਦਾ ਸਾਰਿਆਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਪਤਾਗਾ ਤੇ ਆਪਾਂ ਅੱਜ ਗੱਲ ਕਰਨੀ ਹੈ ਜਿਹੜਾ ਇਤਿਹਾਸ ਸਿੱਖ ਇਤਿਹਾਸ ਬਦਲਿਆ ਜਾ ਰਿਹਾ ਤੇ ਸਿੱਖ ਇਤਿਹਾਸ ਬਦਲਿਆ ਕਿਉਂ ਜਾ ਰਿਹਾ ਉਹ ਵੀ ਤੁਹਾਨੂੰ ਪਤਾ ਤਾਂ ਕਿ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਗਿਆ ਉਹ ਸਿੱਖ ਇਤਿਹਾਸ ਨੂੰ ਜਦੋਂ ਪੜਨ ਉਹ ਇਹ ਕਹਿਣ ਕਿ ਅੱਛਾ ਇੱਕ ਆਮ ਬੰਦੇ ਵਾਂਗੂ ਤਾਂ ਸੀ ਇਹਨਾਂ ਨੇ ਕੀ ਕੀਤਾ ਸੀ ਇਹ ਆਮ ਚੀਜ਼ਾਂ ਤਾਂ ਸੀ ਤੇ ਹੁਣ ਜੇ ਤੁਹਾਨੂੰ ਉਸ ਦੀ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਹੁਣ ਕੀ ਕੀਤਾ ਜਾ ਰਿਹਾ ਸਿੱਖ ਦੇ ਹਸ ਦੇ ਵਿੱਚ ਹੁਣ ਕਿਹਾ ਜਾਂਦਾ ਹੈ ਕਿ ਬਾਬਾ ਨਾਨਕ ਜੀ ਮਰ ਗਏ ਸੀ ਉਸ ਤੋਂ ਬਾਅਦ ਅੰਗਦ ਦੇਵ ਜੀ ਆਏ ਉਸ ਤੋਂ ਬਾਅਦ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਉਹ ਆਏ ਗੁਰੂ ਅਰਜਨ ਦੇਵ ਜੀ ਸੀ ਜਿਹੜੇ ਸਿੱਖਾਂ ਦੇ ਆਪਾਂ ਨੂੰ ਪਤਾ ਨਾ ਕੁਝ ਕੁ ਗੱਲਾਂ ਮੈਂ ਤੁਹਾਨੂੰ ਨਾ ਨਾ ਦੱਸ ਰਿਹਾ ਆਪਣੀਆਂ ਕਿ ਆਪਾਂ ਨੂੰ ਪਤਾ ਸਿੱਖ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਜਿਹਨੇ 31 ਤਵੀ ਤੇ ਬੈਠ ਕੇ ਸ਼ਹੀਦ ਕੀਤਾ ਸੀਗਾ ਤੇ ਉਹਨਾਂ ਨੂੰ ਇਹਨਾਂ ਨੇ ਪਤਾ ਕੀ ਲਿਖਿਆ ਉਹਨਾਂ ਨੂੰ ਇਹਨਾਂ ਨੇ ਲਿਖਿਆ ਕਿ ਉਹਨਾਂ ਨੇ ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ ਸੁਸਾਈਡ ਅਟੈਂਪਟ ਕੀਤਾ ਸੀਗਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਉਸ ਤੋਂ ਬਾਅਦ ਜਿਹੜੇ ਸ ਛੇਵੇਂ ਗੁਰੂ ਆਉਂਦੇ ਆ ਛੇੜੀ ਗੁਰੂ ਹਰਗੋਬਿੰਦ ਜੀ ਉਹਨਾਂ ਨੇ ਤੁਹਾਨੂੰ ਵੀ ਪਤਾ ਵੀ ਮੀੜੀ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀਗੀਆਂ ਠੀਕ ਆ ਜੀ ਤੇ ਜ਼ੁਲਮ ਦੇ ਖਿਲਾਫ ਲੜਦੇ ਸੀਗੇ ਉਹ ਹਨਾ ਤੇ ਉੱਥੇ ਇਹਨਾਂ ਨੇ ਕੀ ਕੀਤਾ ਉੱਥੇ ਇਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਸਿੱਖਾਂ ਦੇ ਛੇਵੇਂ ਗੁਰੂ ਸੀਗੇ ਗੁਰੂ ਹਰਗੋਬਿੰਦ ਜੀ ਉਹ ਡਰਪੋਕ ਸੀਗੇ ਉਹ ਬਹੁਤ ਜ਼ਿਆਦਾ ਡਰਦੇ ਸੀ ਸੌਣ ਵੇਲੇ ਉਹ ਆਪਣੇ ਆਲੇ ਦੋਆਲੇ ਪੈੜਾ ਲਵਾਉਂਦੇ ਸੀਗੇ ਇੰਨੇ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਆ ਇੰਗਲਿਸ਼ ਚ ਬੋਡੀਗਾਰਡ ਉਹ ਨਾਂ ਰੱਖਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਗੁਰੂ ਹਰ Rai ਜੀ ਸੀਗੇ ਉਹਨਾਂ ਦੇ ਜਿਹੜੇ ਦੋ ਪੁੱਤਰ ਸੀਗੇ ਉਹਨਾਂ ਨੇ ਆਪਣੇ ਦੋ ਪੁੱਤਰਾਂ ਇੱਕ ਛੋਟਾ ਇੱਕ ਵੱਡਾ ਜਿਹੜੇ ਪੁੱਤਰ ਸੀਗੇ ਉਹਨਾਂ ਪੁੱਤਰਾਂ ਦੇ ਵਿੱਚੋਂ ਉਹਨਾਂ ਨੇ ਸਿਰਫ ਛੋਟੇ ਨੂੰ ਗੁਰਗੱਦੀ ਦਿੱਤੀ ਵੱਡੇ ਨੂੰ ਗੁਰਗੱਦੀ ਨਹੀਂ ਦਿੱਤੀ ਤੇ ਗੁਰਗੱਦੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਉਹਦੇ ਇਹਨਾਂ ਨੇ ਕੀ ਲਿਖਿਆ ਕਿ ਗੁਰਗੱਦੀ ਉਹਨਾਂ ਨੂੰ ਤਾਂ ਨਹੀਂ ਦਿੱਤੀ ਕਿਉਂਕਿ ਜਿਹੜਾ ਉਹਨਾਂ ਦਾ ਵੱਡਾ ਪੁੱਤਰ ਸੀਗਾ ਉਹ ਨੌਕੜਾਣੀ ਜਿਹੜੀ ਉਹਨਾਂ ਨੇ ਕੰਮ-ਕੰਮ ਕਰਦੀ ਸੀ ਇਦਾਂ ਦਾ ਕੁਝ ਬਣਾਇਆ ਹੋਇਆ ਕਿ ਉਹਨਾਂ ਦੇ ਪੇਟ ਚੋਂ ਸੀਗਾ ਉਹ ਦੇਖੋ ਕਿੰਨੀਆਂ ਇਹ ਡੂੰਘੀਆਂ ਗੱਲਾਂ ਹੈ ਕਿੱਧਰ ਨੂੰ ਕਿਦਾਂ ਘਮਾ ਰਹੇ ਹੈਗੇ ਵੀ ਮਤਲਬ ਨਾਰਮਲ ਬੰਦਾ ਇਹ ਚੀਜ਼ਾਂ ਨੂੰ ਪੜੂਗਾ ਤਾਂ ਉਹ ਕਹੂਗਾ ਵੀ ਇਹਦੇ ਵਿੱਚ ਮਤਲਬ ਇਸ ਇਤਿਹਾਸ ਚ ਹੈ ਕਿ ਜਿਹੜਾ ਸੀ ਉਹ ਕਰੀ ਹਾਲਾਂਕਿ ਸਭ ਤੋਂ ਜਿਹੜਾ ਪੂਰੀ ਦੁਨੀਆ ਤੇ ਸਭ ਤੋਂ ਜਿਹੜਾ ਵੱਡਾ ਧਰਮ ਹੈਗਾ ਜਿਹੜਾ ਸੋ ਹਰਿ ਧਰਮ ਕਹਿੰਦਾ ਵੱਡਾ ਇਤਿਹਾਸ ਹੈਗਾ ਜਿਹੜਾ ਉਹ ਸਿੱਖਾਂ ਦਾ ਇਤਿਹਾਸ ਹੈਗਾ ਜਿਹੜਾ ਖੂਨਾਂ ਨਾਲ ਲੱਥਪੱਥ ਹੋਇਆ ਹੋਇਆ ਹੈਗਾ ਕੁਰਬਾਨੀਆਂ ਇੰਨੀਆਂ ਜ਼ਿਆਦਾ ਸਭ ਤੋਂ ਜ਼ਿਆਦਾ ਸਿੱਖਾਂ ਦੀਆਂ ਆਪਣੇ ਦੇਸ਼ ਨੂੰ ਧਰਮ ਨੂੰ ਕਿਸੇ ਚੀਜ਼ ਨੂੰ ਮਰਜ਼ੀ ਲਾ ਲੋ ਬਚਾਉਣ ਲਈ ਹੈਨਾ ਹਮੇਸ਼ਾ ਸਿੱਖ ਮੂਰੇ ਹੋਏ ਨੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਇਹ ਕਿਦਾਂ ਦਾ ਕੁਝ ਬਣਾ ਰਿਹਾ ਉਹਨਾਂ ਨੂੰ ਤੇ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਜਿਹੜੇ ਗੁਰੂ ਤੇਗ ਬਹਾਦਰ ਜੀ ਸੀਗੇ ਉਹ ਜੰਗਲਾਂ 'ਚ ਰਹਿੰਦੇ ਸੀ ਉਹ ਡਰਦੇ ਹੁੰਦੇ ਸੀ ਤੇ ਉਹਨਾਂ ਨੂੰ ਫੜ ਕੇ ਲੈ ਗਏ ਸੀਗੇ ਤੇ ਉੱਥੇ ਜਾ ਕੇ ਉਹਨਾਂ ਦਾ ਕਤਲ ਕਰਤਾ ਸੀਗਾ ਇਹ ਮਤਲਬ ਜਿਹੜੇ ਹੁਣ ਨੌਜਵਾਨ ਜ ਜਿਨ੍ਹਾਂ ਨੇ ਪੜਿਆ ਹੋਇਆ ਇਤਿਹਾਸ ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਉਹਨਾਂ ਨੇ ਦਿੱਲੀ ਜਾ ਕੇ ਦਿੱਲੀ ਦੇ ਚਾਂਦਨੀ ਚੌਕ 'ਚ ਕਿੰਨਾ ਲਈ ਸੀਸ ਦਿੱਤਾ ਸੀਗਾ ਕੀ ਕੀਤਾ ਸੀਗਾ ਕਿਉਂ ਗਏ ਸੀਗੇ ਉਹ ਹਨਾ ਕਿੰਨਾ ਨੇ ਭੇਜਿਆ ਸੀ ਉਹ ਤੁਹਾਨੂੰ ਸਭ ਪਤਾ ਹੋਊਗਾ ਉਸ ਤੋਂ ਬਾਅਦ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨਾਂ ਨੇ ਜਿਹੜੇ ਪੁੱਤਰਾਂ ਦੇ ਵਿਯੋਗ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਵਿਯੋਗ ਦੇ ਵਿੱਚ ਉਹਨਾਂ ਨੇ ਆਤਮ ਹੱਤਿਆ ਕਰ ਲਈ ਸੀਗੀ ਤੇ ਨਾਰਮਲ ਜੀ ਗੱਲ ਹੁਣ ਇਹ ਇਹ ਇਦਾਂ ਦੀਆਂ ਚੀਜ਼ਾਂ ਕਿਉਂ ਕਰ ਰਹੇ ਨੇ ਇਹ ਉਹੀ ਚੀਜ਼ਾਂ ਕਿ ਆਉਣ ਵਾਲਾ ਫਿਊਚਰ ਆਉਣ ਵਾਲੇ ਬੱਚੇ ਆਉਣ ਵਾਲੇ ਜਿਹੜੇ ਸਿੱਖ ਹਿਸਟਰੀ ਦੇ ਵਿੱਚ ਜਿਹੜੇ ਵੀ ਜਿਹੜਾ ਵੀ ਸਿੱਖ ਇਤਿਹਾਸ ਪੜ੍ਹੂਗਾ ਤੇ ਉਹ ਨਾਰਮਲ ਜਿਉ ਜਿਉ ਨੂੰ ਡੀਪ ਚੀਜ਼ਾਂ ਨਹੀਂ ਪਤਾ ਉਹ ਕੀ ਕਹੂਗਾ ਉਹ ਤੁਹਾਨੂੰ ਵੀ ਪਤਾ ਇਸੇ ਕਰਕੇ ਇਦਾਂ ਦਾ ਇਹ ਕੁਝ ਆਪਣੇ ਸਿੱਖ ਇਤਿਹਾਸ ਨਾਲ ਕਰ ਰਹੇ ਨੇਗੇ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਉਹ ਵੀ ਤੁਸੀਂ ਕਮੈਂਟ ਜ਼ਰੂਰ ਕਰਿਓ ਹਨਾ